ਸਤਿ ਸ਼੍ਰੀ ਅਕਾਲ, ਮੈਂ ਆਰਤੀ ਅਸੰਜਾ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਵੱਡੀਆਂ ਖਬਰਾਂ ਲੈ ਕੇ ਮਾਰਾਂਗੇ ਨਜ਼ਰ ਸੂਬੇ ਅਤੇ ਦੇਸ਼ ਵਿਦੇਸ਼ ਤੋਂ ਆ ਰਹੀਆਂ ਮੁੱਖ ਸੁਰਖੀਆਂ। ਸੀਐਮ ਮਾਨ ਨੇ ਪਟਵਾਰੀਆਂ ਦੇ ਹੱਕ ਚ ਕੀਤਾ ਵੱਡਾ ਐਲਾਨ, 586 ਨਵੀਆਂ ਭਰਤੀਆਂ ਨੂੰ ਦਿੱਤੀ ਮਨਜ਼ੂਰੀ। ਇਸਰੋ ਨੇ ਲਾਂਚ ਕੀਤਾ ਆਦਿਤਯ L1 ਮਿਸ਼ਨ, 1,500,000 ਕਿਲੋਮੀਟਰ ਦੂਰ ਕਰੇਗਾ ਸੂਰਜ ਦੇ ਰਹੱਸਾਂ ਦੀ ਖੋਜ। ਲੁਧਿਆਣਾ ਚ ਸੀਵਰ ਸੁਪਰਵਾਈਜ਼ਰ ਨੇ ਨਗਰ ਨਿਗਮ ਨੂੰ ਲਾਇਆ 79,00,000 ਦਾ ਚੂਨਾ, 11 ਸਾਲ ਤੋਂ ਕਰ ਰਿਹਾ ਸੀ ਤਨਖਾਹ ਬਣਾਉਣ ਦਾ ਕੰਮ। ਸਰਕਾਰੀ ਸਕੂਲਾਂ ਚ ਬਦਲਾਵ, ਹੁਣ ਮੈਨੇਜਰ ਕਰਨਗੇ ਸਕੂਲ ਮੈਨੇਜ, ਪ੍ਰਿੰਸੀਪਲ ਦੇਖਣਗੇ ਸਿਰਫ ਪੜ੍ਹਾਈ ਨਾਲ ਸੰਬੰਧਿਤ ਕੰਮਕਾਜ। ਫਰੀਦਕੋਟ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾ, ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ। ਲੁਧਿਆਣਾ ਚ ਇਨਸਾਨੀਅਤ ਸ਼ਰਮਸਾਰ, ਰਿਸ਼ਤੇ ਦੀ ਮਰਿਆਦਾ ਭੁੱਲਿਆ ਸਕਾ ਦਾਦਾ, 6ਵੀਂ ਚ ਪੜ੍ਹਦੀ ਪੋਤੀ ਨਾਲ ਕਈ ਵਾਰ ਕੀਤਾ ਜ਼ਬਰ ਜਨਾਹ। ਬਟਾਲਾ ਪੁਲਿਸ ਨੇ ਲੁੱਟਖੋ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਕਾਬੂ, ਸੋਨੇ ਚਾਂਦੀ ਦੇ ਗਹਿਣੇ ਵੀ ਕੀਤੇ ਬਰਾਮਦ। ਅਬੋਹਰ ਚ ਵੱਡੀ ਘਟਨਾ, ਤੇਜ਼ ਤਾਰ ਹਥਿਆਰ ਨਾਲ ਨੌਜਵਾਨ ਦਾ ਕੀਤਾ ਕਤਲ, 3 ਮਹੀਨੇ ਦੀ ਬੱਚੀ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ। BSF ਨੂੰ ਮਿਲੀ ਵੱਡੀ ਸਫਲਤਾ, ਪਿੰਡ ਧਨੋਆ ਖੁਰਦ ਤੇ ਖੇਤਾਂ ਚੋਂ ਮਿਲਿਆ ਡਰੋਨ, 3 ਕਰੋੜ ਦੀ ਹੀਰੋਇਨ ਵੀ ਕੀਤੀ ਜ਼ਬਤ। ਨਕੋਦਰ ਮੱਥਾ ਟੇਕਣ ਜਾ ਰਹੇ 4 ਲੋਕਾਂ ਦੀ ਸੜਕ ਹਾਦਸੇ ਚ ਹੋਈ ਮੌਤ, ਇੱਟਾਂ ਦੀ ਭਰੀ ਟਰਾਲੀ ਨਾਲ ਟਕਰਾਈ ਕਾਰ। ਪੰਜਾਬ ਦੇ ਤਰਨ ਤਾਰਨ ਦੇ ਜਸਕਰਨ ਸਿੰਘ ਬਣੇ KBC 15 ਦੇ ਪਹਿਲੇ ਕਰੋੜਪਤੀ, ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ। FTII ਦੇ ਨਵੇਂ ਪ੍ਰਧਾਨ ਬਣੇ R ਮਾਧਵਨ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ ਵਧਾਈ। 7 ਸਤੰਬਰ ਨੂੰ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਬਾਈਡਨ, G20 ਸਿਖਰ ਸੰਮੇਲਨ ਚ ਲੈਣਗੇ ਹਿੱਸਾ। ਮੇਟਾ ਦਾ ਵੱਡਾ ਫੈਸਲਾ, ਹੁਣ ਫੇਸਬੁੱਕ ਵਰਤਣ ਲਈ ਦੇਣੇ ਪੈਣਗੇ ਪੈਸੇ, ਸ਼ੁਰੂ ਹੋਏਗੀ ਪੇਡ ਸਰਵਿਸ। ਬੈਂਕ ਧੋਖਾਧੜੀ ਮਾਮਲੇ ਚ ED ਦਾ ਐਕਸ਼ਨ, ਜੈੱਟ ਏਅਰਵੇਜ਼ ਦੇ ਫਾਊਂਡਰ ਨਰੇਸ਼ ਗੋਇਲ ਨੂੰ ਕੀਤਾ ਗ੍ਰਿਫਤਾਰ। RBI ਗਵਰਨਰ ਚੁਣੇ ਗਏ, ਦੁਨੀਆ ਦੇ ਬੈਸਟ ਬੈਂਕਰ PM ਮੋਦੀ ਨੇ ਸ਼ਕਤੀਕਾਂਤ ਦਾਸ ਨੂੰ ਦਿੱਤੀ ਵਧਾਈ। ਭਾਰਤੀ ਮੂਲ ਦੇ ਥਰਮਨ ਬਣੇ ਸਿੰਗਾਪੁਰ ਦੇ ਨਵੇਂ ਰਾਸ਼ਟਰਪਤੀ, ਰਿਕਾਰਡ ਵੋਟਾਂ ਨਾਲ ਜਿੱਤੀ ਚੋਣ, ਚੀਨੀ ਮੂਲ ਦੇ 2 ਦਾਅਵੇਦਾਰਾਂ ਨੂੰ ਹਰਾਇਆ। ਕੈਨੇਡਾ ਤੋਂ ਦੁਖਦਾਈ ਖਬਰ, 6 ਮਹੀਨੇ ਪਹਿਲਾਂ ਐਡਮਿੰਟਨ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ। ਪਾਕਿਸਤਾਨ ਚ ਪੁਲਵਾਮਾ ਵਰਗਾ ਹਮਲਾ, ਫੌਜ ਦੇ ਕਾਫਲੇ ਨਾਲ ਟਕਰਾਇਆ ਆਤਮਘਾਤੀ ਹਮਲਾਵਰ, ਨੌਜਵਾਨਾਂ ਦੀ ਹੋਈ ਮੌਤ। ਪਾਕਿਸਤਾਨ ਚ ਜਨਵਰੀ ਚ ਹੋ ਸਕਦੀਆਂ ਹਨ ਚੋਣਾਂ, ਇਮਰਾਨ ਖਾਨ ਨੂੰ ਆਪਣੇ ਪੁੱਤਰਾਂ ਨਾਲ ਫੋਨ ਤੇ ਗੱਲ ਕਰਨ ਦੀ ਮਿਲੀ ਇਜਾਜ਼ਤ। ਇਧਰ ਹੁਣ ਤੱਕ ਦੀਆਂ ਮੁੱਖ ਖਬਰਾਂ, ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਵੱਡੀਆਂ ਅਪਡੇਟ ਦੇ ਨਾਲ। ਤੁਸੀਂ ਵੇਖਦੇ ਰਹੋ SMZ ਨਿਊਜ਼।